ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਬੈਕ ਟੂ ਅਵਰ ਯੂਟਿਊਬ ਚੈਨਲ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਅਤੇ ਅੱਜ ਆਪਾਂ ਲੈ ਕੇ ਆਏ ਹਾਂ ਅਮਰੀਕਾ ਵਾਲਾ ਗਾਣਾ। ਅਤੇ ਕਿਸੇ ਬਾਈ ਦਾ ਕਮੈਂਟ ਆਇਆ ਸੀਗਾ, ਉਹਨਾਂ ਨੇ ਦੋ ਕਮੈਂਟ ਕੀਤੇ। ਉਹ ਕਹਿੰਦੇ ਸਿੰਘ ਸ਼ਾਇਦ ਨਾਮ ਸੀ ਮੁੰਡੇ ਦਾ, ਤੇ ਉਹ ਕਹਿੰਦੇ ਸੀਗੇ ਕਿ ਅਮਰੀਕਾ ਦੋ ਨੰਬਰੀ ਅਮਰੀਕਾ ਵਾਲਾ ਗਾਣੇ 'ਤੇ ਨਾ ਰਿਐਕਸ਼ਨ ਲੈ ਕੇ ਜ਼ਰੂਰ ਆਇਆ। ਅਤੇ ਆਪਾਂ ਅੱਜ ਗਾਣਾ ਘੈਂਟ ਵਾ, ਨਾਲੇ ਜਿਹੜਾ ਬੰਦਾ ਅਮਰੀਕਾ ਪਹੁੰਚਿਆ ਵਾ ਔਖੇ ਤਰੀਕੇ ਨਾਲ, ਉਹਨੂੰ ਪਤਾ ਵਾ ਫਿਰ ਕੀ ਬੀਤਦੀਆਂ। ਅਤੇ ਆ ਜਾਓ, ਬਾਕੀ ਉਹਨਾਂ ਦੀ ਫੀਲਿੰਗ ਜੁੜੀ ਹੁੰਦੀ ਹੈ ਇਹਦੇ ਨਾਲ। ਬਾਕੀ ਬਾਈ ਸ਼ੇਅਰ ਜ਼ਰੂਰ ਕਰੀ, ਵੱਧ ਤੋਂ ਵੱਧ ਤੁਹਾਡਾ ਕਰਕੇ ਕਰ ਰਹੇ ਹਾਂ। ਆਯੋ ਅਮਰੀਕਾ ਵਾਲੇ, ਹੈਲੋ ਹੈਲੋ, ਮੈਂ ਰਵਰਾਜ। ਰਵਰਾਜ ਕੌਣ? ਉਹੀ ਤੇਰੇ ਪਿੰਡ ਵਾਲਾ। ਓ ਅੱਛਾ, ਤੂੰ? ਮੈਂ ਤੈਨੂੰ ਦੱਸਣਾ ਸੀ ਕਿ ਮੈਂ ਵੀ ਆ ਗਿਆ ਅਮਰੀਕਾ। ਅਮਰੀਕਾ ਤਾਂ ਤੂੰ ਪਹੁੰਚ ਗਿਆ, ਪਰ ਰਹਿਣਾ ਤੇ ਦੋ ਨੰਬਰੀ ਆ। ਜੱਟ ਲਾ ਕੇ ਆਇਆ ਪੂਰੇ 40 ਲੱਖ ਨੀ ਕਹਿ ਕੇ ਰਿਫਿਊਜ਼ ਹੀ ਟੋਟ ਮਾਰੇ ਸੋਹਣੀਏ ਨੀ ਕੱਢ ਦੇਣੇ ਤੇਰੇ ਮੈਂ ਭੁਲੇਖੇ ਚਟਨੀ। ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਆ ਦਿਨਾਂ ਵਿੱਚ ਗੇਮ ਪਾਉਣੀ ਵੱਡੀ ਬੱਲੀਏ, ਬਹੁਤੀਆਂ ਮੈਂ ਲੰਮੀਆਂ ਤਰੀਕਾਂ ਵਾਲਾ। ਅਮਰੀਕਾ ਵਾਲੇ ਰਵਰਾਜ ਬਾਈ ਨੇ ਗਾਣਾ ਬਹੁਤ ਵਧੀਆ ਤਰੀਕੇ ਨਾਲ ਗਾਇਆ ਵਾ, ਤੇ ਲਿਖਿਆ ਹੈਗਾ ਵਾ ਹਰਮੀਤ ਸਿੰਘ ਨੇ। ਬਹੁਤ ਗਾਣਾ ਘੈਂਟ ਲਿਖਿਆ ਗਿਆ ਵਾ। ਬਾਕੀ ਨਾ ਫੀਲ ਦਰਸਾਈ ਗਈ ਆ ਵਿੱਚ ਯਾਰ, ਵੀ ਜਿੱਦਾਂ ਮੰਨ ਲਓ ਕੁੜੀ ਕੋਈ ਹੋਊਗੀ, ਉਹਨਾਂ ਇੰਗਲੈਂਡ ਵਾਲੀ ਨਾਲ ਨਾ ਗੱਲ ਗੁੱਲ ਕਰਦਾ ਹੋਊਗਾ, ਤਾਂ ਕਿਤੇ ਜਾ ਕੇ ਚੌੜਬਾਜੀ ਕਰਦੀ ਹੋਊਗੀ, ਲੈ ਇੰਗਲੈਂਡ ਪਹੁੰਚ ਗਈ ਮੈਂ ਇੱਦਾਂ ਉੱਦਾਂ। ਅਗਲਾ ਕਹਿੰਦਾ ਆ ਗਿਆ ਜੱਟ ਵੀ, ਅਮੈਰੀਕਾ ਦੇਖਦੇ ਹਾਂ। ਬਾਕੀ ਜਿਹੜੇ ਯਾਰ ਜਿਹਨਾਂ ਨੇ ਕੈਂਪ ਹੰਡਾਏ ਆ ਨਾ, ਜਿਹੜੇ ਪਹੁੰਚੇ ਜੋ ਦੋ ਨੰਬਰ 'ਚ, ਪਤਾ ਉਹਨਾਂ ਨੂੰ ਮੈਂ ਸਾਰਾ, ਕਿਉਂਕਿ ਇੱਧਰਲਿਆਂ ਵਾਸਤੇ ਸਿਰਫ ਬਾਹਰ ਜਿਹੜਾ ਹੁੰਦਾ ਇੱਧਰਲੀ ਫੈਮਿਲੀ ਲਈ ਹੁੰਦਾ, ਬਾਹਰ ਜਿਹੜਾ ਬਾਹਰ ਬੈਠਾ ਉਹਦੇ ਵਿਚਾਰਾ ਆਪਣਾ ਕੰਮ ਕਰਨ ਦਿਆ ਵਾ, ਬਿਜ਼ੀ ਆ ਨਾ, ਉਹਨੂੰ ਕੀ ਪਤਾ ਇੱਧਰ, ਪਰ ਬਾਹਰ ਹੁੰਦਾ ਇੱਧਰਲੀ ਫੈਮਿਲੀ ਵਾਸਤੇ। ਆ ਜਾਓ ਅੱਗੇ ਦੇਖਦੇ ਹਾਂ। ਜਿਨ੍ਹਾਂ ਨੂੰ ਪਤਾ ਜਿਹੜੇ ਗਏ ਨਾ ਬੌਂਡ, ਪਹਿਲਾਂ ਨਾ ਬੌਂਡ ਪੈਂਦਾ ਸੀ, ਅੱਜ ਕੱਲ ਨੀ ਪੈ ਰਿਹਾ ਬੌਂਡ, ਨਹੀਂ ਪੈ ਰਿਹਾ ਅੱਜ ਕੱਲ, ਨੀ ਪੈ ਰਿਹਾ ਅੱਜ ਕੱਲ, ਤੇ ਸਿੱਧਾ ਜਾਂਦੇ ਆ ਮੈਕਸੀਕੋ ਕੰਧ ਟੱਪਦੇ ਤੇ ਉੱਥੋਂ ਚੌਂਕੀ ਤੋਂ ਹੀ ਬਾਹਰ ਕੱਢ ਦਿੰਦੇ ਆ, ਕਹਿੰਦੇ ਜਾਓ। ਹਾਂ ਜਾਓ, ਪਰ ਉਹ ਵੀ ਕਿਸਮਤ ਵਾਲਾ ਹੀ ਆ ਯਾਰ, ਕਿਸੇ ਨੂੰ ਡਿਪੋਰਟ ਕਰ ਦਿੰਦੇ, ਬੜਾ ਔਖਾ ਯਾਰ ਪਹੁੰਚਣਾ ਉੱਥੇ ਤੱਕ, ਬਹੁਤ ਔਖਾ, ਪਰ ਜਦੋਂ ਬਾਅਦ ਚ ਬੰਦਾ ਪੈਸੇ ਕਮਾਉਂਦਾ ਨਾ ਉੱਧਰ ਜਾ ਕੇ, ਫਿਰ ਬੰਦੇ ਔਖ ਟੁੱਟਦੇ ਆ, ਦੁੱਖ ਵੀ ਭੁੱਲ ਜਾਂਦੇ ਆ, ਤੇ ਬੰਦੇ ਦੇ ਜਿਹੜੇ ਲੱਗੇ ਹੁੰਦੇ ਉਹ ਵੀ ਭੁੱਲ ਜਾਂਦੇ ਆ, ਕਿਉਂਕਿ ਬੜੇ ਔਖੇ ਯਾਰ। ਦੇਖੋ ਪੈਸੇ ਚਲੋ ਮੰਨਦੇ ਸਾਮੀਆਂ ਹੁੰਦੀਆਂ, ਪਰ 40-50 ਲੱਖ ਮੌਜੂਦਾ ਉਸ ਟਾਈਮ ਨਹੀਂ ਹੁੰਦਾ, ਇੱਦਾਂ ਫੜ ਦੜ ਕੇ ਕਰਨਾ ਪੈਂਦਾ ਜਗਾੜ ਸਾਰਾ, ਤੇ ਪਰ ਬਾਅਦ ਜਦੋਂ ਬੰਦਾ ਟਿਕਾਣੇ ਲੱਗ ਜਾਂਦਾ ਨਾ, ਫਿਰ ਦੁੱਖ ਟੁੱਟਣ ਵਾਲਾ ਹਿਸਾਬ ਕਿਤਾਬ ਹੋ ਜਾਂਦਾ ਵਾ। ਬਹੁਤ ਘੈਂਟ ਬੰਦੇ ਨੂੰ ਫਿਰ ਜ਼ਿੰਦਗੀ 'ਤੇ ਵਧੀਆ ਲੱਗਦਾ। ਆਓ ਅੱਗੇ ਦੇਖਦੇ ਹਾਂ। ਹੱਸ ਕੇ ਨਾ ਕਹਿ ਦੇ ਕਿਤੇ ਦੋ ਨੰਬਰੀ ਨੀ ਮੁੰਡਾ ਪਿੰਡ ਵਿੱਚ ਵੱਜੇ ਅਮਰੀਕਾ ਵਾਲਾ ਨੀ।
ਕਹਿੰਦਾ ਵੀ ਚੜ੍ਹਦੇ ਮਹੀਨੇ ਉਹਨੇ ਪਾਵਾਂ ਇੰਡੀਆ ਜਿੰਨੀ ਤੇਰੀ ਇੱਕ ਸਹਿਮਤੀ ਆ ਫੀਸ ਨੀ ਮਤਲਬ ਵੀ ਪੈਸੇ ਚੰਗੇ ਬਣਦੇ ਆ ਕਹਿੰਦਾ ਨਜ਼ਾਰੇ ਲੈਣ ਦਿਆਂ ਮੈਂ ਪੂਰੇ ਵੀ ਟੈਨਸ਼ਨ ਵਾਲੀ ਗੱਲ ਨੀ ਕਿ ਹੁਣ ਪੈਣ ਤੇ ਬਾਅਦ ਚ ਇੱਕ ਲੈਣ ਬਹੁਤ ਘੈਂਟ ਗਈ ਕਹਿੰਦਾ ਵੀ ਤੇਰੇ ਵਾਂਗੂ ਹੱਥਾਂ ਦੀਆਂ ਲੀਕਾਂ ਵਾਲਾ ਨੀ ਜਿੱਦਾਂ ਕਈ ਨੋਰਮਲੀ ਜ਼ਿਆਦਾ ਬੰਦੇ ਸੋਚਦੇ ਯਾਰ ਕਿਸਮਤ ਦਾ ਕਰਕੇ ਨਹੀਂ ਬਣਨ ਦਿਆ ਸਹੀ ਗੱਲ ਜਾਂ ਮੇਰੇ ਕਿਸਮਤ ਦੇ ਵਿੱਚ ਬਾਹਰ ਰਹਿ ਨਹੀਂ ਪੰਡਤਾਂ ਨੂੰ ਹੱਥ ਦਿਖਾਈ ਜਾਣੇ ਯਾਰਾ ਵਗੈਰਾ ਕਰੀ ਜਾਣਾ ਦੇਖਿਓ ਜੀ ਕਦੋਂ ਬਣੂਗਾ ਕੰਮ ਮਤਲਬ ਕੁੜੀ ਏਦਾਂ ਦੀ ਹੋਊਗੀ ਨਾ ਇਸ ਕਰਕੇ ਕਹਿੰਦਾ ਵੀ ਤੂੰ ਹੱਥ ਉੱਥੇ ਦਿਖਾ ਕੇ ਪਹੁੰਚੀ ਆ ਪਰ ਮੇਰੀ ਨੀਤ ਸਾਫ ਯਕੀਨ ਰੱਬ ਤੇ ਆ ਇਸ ਕਰਕੇ ਤੇਰੇ ਵਾਂਗੂ ਹੱਥਾਂ ਦੀਆਂ ਲੀਕਾਂ ਵਾਲਾ ਹੱਸ ਕੇ ਨਾ ਕਹਿੰਦੀ ਕਿਤੇ ਦੋ ਨੰਬਰ ਹੀ ਮੁੰਡਾ ਪਿੰਡਾਂ ਚ ਵੱਜੇ ਅਮਰੀਕਾ ਵਾਲਾ ਨੀ ਆ ਜਾਓ ਜੀ ਪੰਜਾਬੀ ਜਿਹੜਾ ਵੀ ਗਾਣਾ ਸੁਣਦੇ ਆਪਣੇ ਤੇ ਲਾਵੇ ਸੁਣਦੇ ਆ ਆਪਣੇ ਆਪ ਤੇ ਅਟੈਚਮੈਂਟ ਕਰਕੇ ਸੁਣਦੇ ਆ ਤੇ ਬਾਕੀ ਤੁਸੀਂ ਵੀ ਜੇ ਕਿਸੇ ਗਾਣੇ ਤੇ ਰਿਐਕਸ਼ਨ ਦੇਖਣਾ ਚਾਹੁੰਦੇ ਹੋ ਤੇ ਪਲੀਜ਼ ਕਮੈਂਟ ਕਰਕੇ ਦੱਸ ਸਕਦੇ ਆ ਆਪਾਂ ਜਰੂਰ ਕਰਾਂਗੇ ਤੇ ਬਾਕੀ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਕਰਦੀ ਸਤਿ ਸ਼੍ਰੀ ਅਕਾਲ।